ਸਰੀ ਨਿਊਟਨ ਦੇ ਲਿਬਰਲ ਐਮਪੀ ਸੁਖ ਧਾਲੀਵਾਲ ਨੇ ਰੈਡ ਐਫ ਐਮ ਨੂੰ ਜਾਣਕਾਰੀ ਦਿੱਤੀ ਹੈ ਕਿ ਨਵੀਂ ਦਿੱਲੀ ਇੰਡੀਆ ਤੋਂ ਪਹਿਲੀ ਫਲਾਈਟ 3 ਅਪ੍ਰੈਲ ਯਾਨੀ ਆਉਣ ਵਾਲੇ ਸ਼ੁੱਕਰਵਾਰ ਨੂੰ ਚੱਲੇਗੀ ਤਾਂ ਕਿ ਕੋਵਿਡ-19 ਕਰਕੇ ਭਾਰਤ ਵਿੱਚ ਫਸੇ ਕੈਨੇਡੀਅਨ ਨਾਗਰਿਕ ਪਰਮਾਨੈਂਟ ਰੈਜ਼ੀਡੈਂਟਸ ਅਤੇ ਵਰਕ ਪਰਮਿਟ ਵਾਲਿਆਂ ਨੂੰ ਵਾਪਸ ਕੈਨੇਡਾ ਲਿਆਇਆ ਜਾ ਸਕੇ। ਸੁਖ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਉਹ ਬੰਬੇ ਅਤੇ ਪਾਕਿਸਤਾਨ ਤੋਂ ਕਰਾਚੀ ਅਤੇ ਲਾਹੌਰ ਤੋਂ ਵੀ ਫਲਾਈਟਸ ਦਾ ਅਰੇਂਜਮੈਂਟ ਕਰਨਗੇ ਤਾਂ ਕਿ ਕੈਨੇਡੀਅਨ ਵਾਸੀਆਂ ਨੂੰ ਵਾਪਸ ਲੈ ਕੇ ਆਇਆ ਜਾ ਸਕੇ। ਨਵੀਂ ਦਿੱਲੀ ਤੋਂ ਫਲਾਈਟ ਲੰਡਨ ਅਤੇ ਉਸ ਤੋਂ ਬਾਅਦ ਏਅਰ ਕੈਨੇਡਾ ਦੀ ਫਲਾਈਟ ਯਾਤਰੀਆਂ ਨੂੰ ਕੈਨੇਡਾ ਲੈ ਕੇ ਆਏਗੀ, ਜਦਕਿ ਲਾਹੌਰ ਅਤੇ ਕਰਾਚੀ ਤੋਂ ਚੱਲਣ ਵਾਲੀਆਂ ਫਲਾਈਟਸ ਡਾਇਰੈਕਟ ਟੋਰਾਂਟੋ ਆਉਣਗੀਆਂ, ਜਿੱਥੋਂ ਬਾਅਦ ਵਿੱਚ ਪੈਸੰਜਰਸ ਨੂੰ ਕੈਲਗਰੀ ਜਾਂ ਵੈਂਕੂਵਰ ਪਹੁੰਚਾਇਆ ਜਾਵੇਗਾ। ਉਹਨਾਂ ਦੱਸਿਆ ਕਿ ਜਿਨ੍ਹਾਂ ਨੇ ਕੈਨੇਡੀਅਨ ਹਾਈ ਕਮਿਸ਼ਨ ਨਾਲ ਰਜਿਸਟ੍ਰੇਸ਼ਨ ਕਰਵਾਈ ਹੈ ਉਹਨਾਂ ਨੂੰ ਐਮਬੈਸੀ ਦੇ ਅਫਸਰ ਈਮੇਲ ਰਾਹੀਂ ਆਪ ਹੀ ਕੰਟੈਕਟ ਕਰਨਗੇ, ਜਦਕਿ PR ਅਤੇ ਵਰਕ ਪਰਮਿਟ ਵਾਲੇ india.consular@international.gc.ca ਤੇ ਸੰਪਰਕ ਅਤੇ ਜਾਂ ਓਟਵਾ ਵਿੱਚ 613-996-8885-613-996-8885 ਟੈਲੀਫੋਨ ਨੰਬਰ 'ਤੇ ਗਲੋਬਲ ਅਫੇਅਰਸ ਦਫ਼ਤਰ ਨੂੰ ਕੰਟੈਕਟ ਕਰ ਸਕਦੇ ਹਨ।